ਪਟਿਆਲਾ ਦੇ ਸੂਈਗਰਾ ਮੁਹੱਲੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੋਨੂੰ ਕੁਮਾਰ ਨੇ ਇੱਕ ਨਿੱਜੀ ਫੈਕਟਰੀ ਮਾਲਕ ਤੋਂ ਕਰਜ਼ ਲਿਆ ਸੀ ਅਤੇ ਇਸ ਦੇ ਇਵਜ਼ ਵਿੱਚ ਖਾਲੀ ਚੈੱਕ ਉੱਤੇ ਸਾਈਨ ਕੀਤੇ ਸਨ। ਜਦੋਂ ਦੂਜੇ ਧਿਰ ਵੱਲੋਂ ਬੈਂਕ ਵਿੱਚ ਲਾਇਆ ਗਿਆ ਤਾਂ ਚੈੱਕ ਬਾਊਂਸ ਹੋ ਗਿਆ ਤਾਂ ਉਸ ਬਾਅਦ ਸੋਨੂੰ ਪਰੇਸ਼ਾਨ ਰਹਿਣ ਲੱਗਾ। ਇਸ ਦੇ ਚੱਲਦਿਆਂ ਸੋਨੂੰ ਨੇ ਤੇਜ਼ਾਬ ਪੀ ਕੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਲਿਆ। ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।